ਪਾਰਟੀਸ਼ਨ ਤੋਂ ਪਹਿਲਾਂ ਮੇਰੀ ਸਾਰੀ ਫੈਮਿਲੀ ਉੱਥੇ ਰਹਿੰਦੀ ਸੀ ਪਰ ਜਦੋਂ ਬਟਵਾਰਾ ਹੋਇਆ ਤੇ ਦਾਦੇ ਪਰਦਾਦੇ ਸਭ ਲਾਹੌਰ ਸੈਟਲ ਹੋ ਗਏ ਪਰ ਮੇਰੀ ਦਾਦੀ ਬੜਾ ਰੋਂਦੀ ਸੀ ਕਹਿੰਦੀ ਸੀ ਜਾ ਛੋਟੇ ਜਾ ਕੇ ਹਿੰਦੁਸਤਾਨ ਦੀ ਮਿੱਟੀ ਲੈ ਕੇ ਆ ਤੇ ਮੈਂ ਚਲਾ ਜਾਂਦਾ ਸੀ ਪਹਾੜ ਉੱਤੇ ਕੋਲ ਉੱਥੇ ਆਰਮੀ ਵਾਲੇ ਮੈਨੂੰ ਤਬਕਾ ਮਾਰ ਕੇ ਦੌੜਾ ਦਿੰਦੇ ਸੀ ਤੇ ਮੈਂ ਲਾਹੌਰ ਦੀ ਮਿੱਟੀ ਲੈ ਕੇ ਉਹਨੂੰ ਦੇ ਦਿੰਦਾ ਸੀ ਆਖਿਰ ਮਿੱਟੀ ਤਾਂ ਮਿੱਟੀ ਹੈ ਉਹਨੂੰ ਪਤਾ ਕਿਵੇਂ ਲੱਗਦਾ